ਇੱਥੇ 6 ਘੰਟੇ ਬਾਅਦ ਫਿਰ ਭਿੰਡਰਾਂ ਵਾਲਿਆਂ ਨੂੰ ਰस्सੀਆਂ ਦੇ ਨਾਲ ਬੰਨ੍ਹ ਕੇ ਖੜਾ ਕਰਕੇ ਫਿਰ ਜਿਹੜੀਆਂ ਗੋਲੀਆਂ ਸਿਰ ਦੇ ਵਿੱਚ ਔਰ ਉਹਨਾਂ ਦੇ ਬਾਕੀ ਅੰਗਾਂ ਦੇ ਉੱਪਰ ਗੋਲੀਆਂ ਮਾਰੀਆਂ ਗਈਆਂ ਤਾਂ ਜਿਹੜੀ ਗੱਲ ਉਹਨਾਂ ਨੇ ਲਿਖੀ ਹੈ ਕਿ ਪੈਰਾਂ ਦੇ ਵਿੱਚ ਗੋਲੀਆਂ ਮਾਰ ਕੇ ਗ੍ਰਿਫਤਾਰ ਕੀਤਾ ਗਿਆ ਉਹ ਗੱਲ ਬਿਲਕੁਲ ਗਲਤ ਹੈ ਕਿਉਂਕਿ ਜੇਕਰ ਪੈਰਾਂ ਦੇ ਵਿੱਚ ਗੋਲੀਆਂ ਮਾਰ ਕੇ ਗ੍ਰਿਫਤਾਰ ਕਰਨ ਦੀ ਗੱਲ ਹੋਵੇ ਤਾਂ ਉਸ ਵਿਅਕਤੀ ਨੂੰ ਮਾਰੀਆਂ ਜਾਂਦੀਆਂ ਨੇ ਜਿਹੜਾ ਵਿਅਕਤੀ ਭੰਜਨ ਦਾ ਯਤਨ ਕਰ ਰਿਹਾ ਹੋਵੇ। ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਤੁਹਾਡੇ ਨਾਲ 1 ਜੂਨ ਤੋਂ ਲਗਾਤਾਰ 1984 ਵਿੱਚ ਵਾਪਰੇ ਕੱਲੂਕਾਰੇ ਦੇ ਨਾਲ ਸੰਬੰਧਤ ਘਟਨਾਵਾਂ ਨੂੰ ਸਾਂਝਾ ਕਰਨ ਦਾ ਯਤਨ ਕਰ ਰਿਹਾ ਹਾਂ ਜਦੋਂ ਵੀਰ ਅਕਸਰ ਕਿਸੇ ਨਾ ਕਿਸੇ ਪ੍ਰਕਰਨ ਦੇ ਨਾਲ ਜਾਂ ਸਬੰਧਤ ਵਿਖਿਆਨ ਨੂੰ ਸੁਣਦੇ ਨੇ ਕਈ ਵਾਰ ਉਹਨਾਂ ਦੇ ਕੁਝ ਸਵਾਲ ਵੀ ਹੁੰਦੇ ਨੇ ਜੋ ਕਮੈਂਟਾਂ ਦੇ ਵਿੱਚ ਵੀ ਹੁੰਦੇ ਨੇ ਜਾਂ ਫਿਰ ਉਹ ਫੋਨ ਕਰਕੇ ਵੀ ਪੁੱਛ ਲੈਂਦੇ ਨੇ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਪ੍ਰਕਰਨ ਜਾਂ ਜਿਹੜਾ ਵਿਸ਼ਾ ਜਿਹੜਾ ਸਬਜੈਕਟ ਜਿਸ ਵਿਸ਼ੇ ਦੇ ਉੱਪਰ ਗੱਲ ਚੱਲ ਰਹੀ ਹੈ ਜੇਕਰ ਕੋਈ ਉਹਦੇ ਨਾਲ ਸੰਬੰਧਿਤ ਸਵਾਲ ਆਇਆ ਹੈ ਤਾਂ ਉਸ ਦਾ ਜਵਾਬ ਜਾਂ ਜਿੰਨਾ ਕਿ ਮੈਂ ਜਥਾ ਸ਼ਕਤ ਆਪਣੀ ਬੁੱਧੀ ਦੇ ਮੁਤਾਬਕ ਉਸ ਗੱਲ ਦੇ ਉੱਪਰ ਚਾਨਣਾ ਪਾਉਣ ਦੀ ਕੋਸ਼ਿਸ਼ ਕਰ ਸਕਦਾ ਹਾਂ ਉਹਨਾਂ ਕ ਮੈਂ ਜ਼ਰੂਰ ਕੋਸ਼ਿਸ਼ ਕਰਨ ਦੀ ਜਿਹੜੀ ਹੈ ਉਹ ਯਤਨ ਕਰਦਾ ਕਿ ਉਹਨਾਂ ਇੱਕ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕੇ ਸੋ ਇੱਕ ਅਹਿਮ ਸਵਾਲ ਜਿਹੜਾ ਸਰਦਾਰ ਦਲਬੀਰ ਸਿੰਘ ਉਹਨਾਂ ਦੀ ਕਿਤਾਬ ਦੇ ਵਿੱਚੋਂ ਮੇਰੇ ਸਾਹਮਣੇ ਆਇਆ ਸੀ ਉਹ ਇਹ ਸੀ ਕਿ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਪੋਸਟਮਾਰਟਮ ਰਿਪੋਰਟ ਨੂੰ ਆਧਾਰ ਬਣਾ ਕੇ ਇਹ ਗੱਲ ਲਿਖੀ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਿਉਂਦੇ ਗ੍ਰਿਫਤਾਰ ਕਰ ਲਿਆ ਗਿਆ ਔਰ ਉਸ ਤੋਂ ਬਾਅਦ ਤਕਰੀਬਨ 6 ਘੰਟੇ ਇੰਦਰਾ ਗਾਂਧੀ ਦੇ ਨਾਲ ਜਿਹੜੇ ਫੌਜ ਦੇ ਅਫੀਸਰ ਸੀ ਉਹਨਾਂ ਦੀ ਵਾਰਤਾਲਾਪ ਹੁੰਦੀ ਰਹੀ ਕਿ ਇਸ ਨੂੰ ਗ੍ਰਫਤਾਰ ਕੀਤਾ ਜਾਵੇ ਜਾਂ ਫਿਰ ਇਸ ਨੂੰ ਬੰਦੀ ਬਣਾ ਲਿਆ ਜਾਵੇ ਜਾਂ ਫਿਰ ਜਿਹੜਾ ਉਹ ਗੋਲੀ ਮਾਰ ਦਿੱਤੀ ਜਾਵੇ ਤੇ 6 ਘੰਟੇ ਬਾਅਦ ਫਿਰ ਭਿੰਡਰਾਂ ਵਾਲਿਆਂ ਨੂੰ ਰस्सੀਆਂ ਦੇ ਨਾਲ ਬੰਨ ਕੇ ਖੜਾ ਕਰਕੇ ਫਿਰ ਜਿਹੜੀਆਂ ਗੋਲੀਆਂ ਸਿਰ ਦੇ ਵਿੱਚ ਔਰ ਉਹਨਾਂ ਦੇ ਬਾਕੀ ਅੰਗਾਂ ਦੇ ਉੱਪਰ ਗੋਲੀਆਂ ਮਾਰੀਆਂ ਗਈਆਂ ਸੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਦੋਂ ਅਸੀਂ ਡਾਕਟਰੀ ਨਜ਼ਰੀਏ ਤੋਂ ਸਾਰੀ ਪੋਸਟਮਾਰਟਮ ਰਿਪੋਰਟ ਦਾ ਅਧਿਐਨ ਕਰਦੇ ਹਾਂ ਤਾਂ ਜਿਹੜੀ ਗੱਲ ਉਹਨਾਂ ਨੇ ਲਿਖੀ ਹੈ ਕਿ ਪੈਰਾਂ ਦੇ ਵਿੱਚ ਗੋਲੀਆਂ ਮਾਰ ਕੇ ਗ੍ਰਫਤਾਰ ਕੀਤਾ ਗਿਆ ਉਹ ਗੱਲ ਬਿਲਕੁਲ ਗਲਤ ਹੈ ਕਿਉਂਕਿ ਜੇਕਰ ਪੈਰਾਂ ਦੇ ਵਿੱਚ ਗੋਲੀਆਂ ਮਾਰ ਕੇ ਗ੍ਰਫਤਾਰ ਕਰਨ ਦੀ ਗੱਲ ਹੋਵੇ ਤਾਂ ਉਸ ਵਿਅਕਤੀ ਨੂੰ ਮਾਰੀਆਂ ਜਾਂਦੀਆਂ ਨੇ ਜਿਹੜਾ ਵਿਅਕਤੀ ਭੱਜਣ ਦਾ ਯਤਨ ਕਰ ਰਿਹਾ ਹੋਵੇ ਪਰ ਜਿਹੜਾ ਇਨਸਾਨ ਖੁਦ ਹੀ ਮੈਦਾਨੇ ਜੰਗ ਦੇ ਵਿੱਚ ਜੂਝਣ ਵਾਸਤੇ ਤੇ ਸ਼ਹੀਦੀ ਦੇਣ ਵਾਸਤੇ ਆਇਆ ਉਸ ਦੇ ਪੈਰਾਂ ਦੇ ਵਿੱਚ ਗੋਲੀਆਂ ਮਾਰਨ ਦਾ ਤਾਂ ਜਿਹੜਾ ਕਹਿ ਸਕਦੇ ਹੋ ਕਿ ਜਿਹੜਾ ਸ਼ੱਕ ਜਾਂ ਸ਼ੰਕਾ ਕਰਨਾ ਵੀ ਜਾਇਜ਼ ਨਹੀਂ ਲੱਗਦਾ ਗੋਲੀਆਂ ਨੀਵੀਆਂ ਥਾਵਾਂ ਦੇ ਵੱਜਣ ਦੇ ਕਾਰਨ ਜਿਹੜੇ ਨੇ ਉਹ ਬੜੇ ਸਪਸ਼ਟ ਨੇ ਜੇਕਰ ਤੁਸੀਂ ਫੌਜੀ ਮਹਾਰਾ ਦੀਆਂ ਕਿਤਾਬਾਂ ਵੀ ਪੜੋ ਤਾਂ ਜਿਸ ਤਰ੍ਹਾਂ ਦੇ ਨਾਲ ਕਾਲ ਤਕ ਸਾਤ ਤੋਂ ਗੋਲਾਬਾਰੀ ਕੀਤੀ ਜਾ ਰਹੀ ਸੀ ਜਿਹੜੇ ਫੌਜੀ ਸੀ ਉਹ ਵੀ ਪ੍ਰਕਰਮਾਂ ਦੇ ਵਿੱਚ ਲੇਟ ਕੇ ਜਿਹੜੀ ਆ ਉਹ ਫਾਇਰਿੰਗ ਕਰ ਰਹੇ ਸੀ ਕਿ ਆਪਣੇ ਆਪ ਨੂੰ ਬਚਾ ਸਕਣ ਔਰ ਕੋਸ਼ਮਵਲਬੀ ਦੇ ਢੇਰ ਦੇ ਪਿੱਛੇ ਲੇਟੇ ਹੋਏ ਸੀ ਜਿਹੜਾ ਤੋਪਾਂ ਦੇ ਵੱਡਿਆਂ ਗੋਲਿਆਂ ਦੇ ਨਾਲ ਜਿਹੜਾ ਅਕਾਲ ਤਖਤ ਸਾਹਿਬ ਤੇ ਹੋਰ ਜਿਹੜੀਆਂ ਇਮਾਰਤਾਂ ਦਾ ਸੀ ਉਹਨਾਂ ਦਾ ਮਰਬਾ ਡਿੱਗਿਆ ਹੋਇਆ ਸੀ ਸੋ ਪਹਿਲੀ ਗੱਲ ਤਾਂ ਇਹ ਹੈ ਦੂਸਰੀ ਗੱਲ ਇਹ ਹੈ ਕਿ ਜੇਕਰ ਨੇੜੇ ਤੋਂ ਗੋਲੀਆਂ ਮਾਰੀਆਂ ਗਈਆਂ ਹੋਣ ਤਾਂ ਡਾਕਟਰੀ ਦੇ ਮੁਤਾਬਕ ਜਿਹੜੇ ਨਿਸ਼ਾਨ ਬਣਦੇ ਨੇ ਉਹਨਾਂ ਨੂੰ ਬਰਨਟ ਇੰਜਰੀ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਕਿਸੇ ਦੀ ਦੇਹ ਦੇ ਵਿੱਚ ਨੇੜੇ ਤੋਂ ਗੋਲੀ ਮਾਰੀ ਜਾਂਦੀ ਹੈ ਤਨ ਨੇੜੇ ਤੋਂ ਵੱਜੀ ਗੋਲੀ ਗਰਮ ਹੁੰਦੀ ਹੈ ਤੇ ਜਿਸ ਜਗ੍ਹਾ ਤੋਂ ਉਹ ਗੋਲੀ ਸਰੀਰ ਦੇ ਅੰਦਰ ਦਾਖਲ ਹੁੰਦੀ ਹੈ ਉਸ ਜਗ੍ਹਾ ਦਾ ਆਲਾ ਦਵਾਲਾ ਉਸ ਜ਼ਖਮ ਦਾ ਜਿਹੜਾ ਹੁੰਦਾ ਹੈ ਉਹ ਸੜ ਜਾਂਦਾ ਜਿਸ ਨੂੰ ਅਸੀਂ ਸੜਨ ਵਾਲਾ ਜ਼ਖਮ ਜਾਂ ਬਰਨਡ ਇੰਜਰੀ ਦਾ ਜਿਹੜਾ ਨਾਮ ਉਹ ਲਿਖਦੇ ਆ ਪੋਸਟਮਾਰਟਮ ਦੇ ਵਿੱਚ ਸੋ ਇਸ ਤਰ੍ਹਾਂ ਦਾ ਕੋਈ ਜ਼ਿਕਰ ਪੋਸਟਮਾਰਟਮ ਰਿਪੋਰਟ ਦੇ ਵਿੱਚ ਨਹੀਂ ਹੈਗਾ ਕਿ ਉਹ ਜਿਹੜੀ ਕੋਈ ਵੀ ਇੰਜਰੀ ਬਰਨਟ ਹੋਵੇ ਦੂਜੀ ਗੱਲ ਹੈ ਕਿ ਨੇੜੇ ਤੋਂ ਲੱਗੀਆਂ ਜਿਹੜੀਆਂ ਗੋਲੀਆਂ ਨੇ ਉਹਨਾਂ ਦੇ ਆਰ ਪਾਰ ਹੋਣ ਦਾ ਜਿਹੜਾ ਖਰਚਾ ਜ਼ਿਆਦਾ ਹੁੰਦਾ ਕਿਉਂਕਿ ਬਹੁਤ ਨੇੜੇ ਤੋਂ ਮਾਰੀਆਂ ਹੁੰਦੀਆਂ ਨੇ ਸੋ ਦੂਸਰੀ ਗੱਲ ਮੈਂ ਕਹਿਣਾ ਹੈ ਕਿ ਜੇਕਰ ਅਸੀਂ ਪੋਸਟਮਾਰਟਮ ਰਿਪੋਰਟ ਦੀ ਗੱਲ ਨਾ ਵੀ ਕਰੀਏ ਤਾਂ ਜਦੋਂ ਇੱਕ ਅਸਾਵੇਂ ਜੰਗ ਹੋਵੇ ਜਿਸ ਜੰਗ ਦੇ ਵਿੱਚ ਇੱਕ ਧਿਰ ਦੀ ਗਿਣਤੀ ਬਹੁਤ ਥੋੜੀ ਹੋਵੇ ਉਹਨਾਂ ਦੇ ਕੋਲ ਹਥਿਆਰ ਬਰਾਬਰ ਦੇ ਨਾ ਹੋਣ ਜਿਸ ਤਰ੍ਹਾਂ ਕਿ ਤੁਸੀਂ ਇਹ ਸਾਰੇ ਜੂਨ 1984 ਦੇ ਕੱਲੂਕਾਰ ਇਹਦੇ ਵਿੱਚ ਵੇਖਿਆ ਕਿ ਇੱਕ ਪਾਸੇ ਫੌਜ ਦੀਆਂ ਬਹੁਤ ਵੱਡੀਆਂ ਕਹਿ ਸਕਦੇ ਹੋ ਕਿ ਜਿਹੜੀਆਂ ਹਥਿਆਰਬੰਦ ਸ਼ਕਤੀਆਂ ਨੇ ਜਿਨ੍ਹਾਂ ਵਿੱਚ ਟੈਂਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ, BMP ਵਹੀਕਲਸ ਦੀ ਵਰਤੋਂ ਕੀਤੀ ਜਾ ਰਹੀ ਹੈ, ਉਸ ਤੋਂ ਇਲਾਵਾ APC ਜਿਹੜੇ ਕੈਰੀਅਰ ਨੇ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, 3.7 ਮਾਊਂਟਨ ਹੌਬਿਟਸਰ ਗੰਦੀ ਵਰਤੋਂ ਕੀਤੀ ਜਾ ਰਹੀ ਹੈ। ਉਸ ਤੋਂ ਇਲਾਵਾ 115 ਮਿਲੀਮੀਟਰ ਜਿਹੜੀਆਂ ਗਨਸ ਨੇ ਉਹਨਾਂ ਦੀ ਵਿਜੈਂਤ ਟੈਂਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਕਾਰਲ ਗਸਟੋਕ ਰਾਕਟ ਵਰਤੇ ਜਾ ਰਹੇ ਨੇ ਸੀਐਸ ਗੈਸ ਕੈਨਸਟਰ ਵਰਤੇ ਜਾ ਰਹੇ ਨੇ ਪਰ ਦੂਜੇ ਪਾਸੇ ਜਿਹੜੇ ਹਥਿਆਰ ਨੇ ਉਹ ਤਾਂ ਇੱਕ ਅਸਾਵੇਂ ਜੰਗ ਵਾਲੇ ਨੇ ਕਿ ਵੱਡੇ ਤੋਂ ਵੱਡੇ ਹਥਿਆਰ ਜਿਹੜੇ ਅੰਦਰੋਂ ਬਰਾਮਦ ਹੋਏ ਨੇ ਉਹਨਾਂ ਦੇ ਵਿੱਚ ਲਾਈਟ ਮਸ਼ੀਨ ਗਨ ਜਾਂ ਫਿਰ ਇੱਕ ਜਿਹੜਾ ਸੀਗਾ ਰਾਕਟ ਪਰਪੈਂਡ ਗ੍ਰੇਨੇਡ ਇੱਕ ਚੱਲ ਚੁੱਕਾ ਸੀ ਸੋ ਇੰਨੀ ਅਸਾਵੇਂ ਜੰਗ ਦੇ ਵਿੱਚ ਜਿਹੜੀ ਵੱਡੀ ਧਿਰ ਹੁੰਦੀ ਹੈ ਉਹਦੀ ਜਿੱਤ ਇਸ ਗੱਲ ਦੇ ਵਿੱਚ ਹੀ ਹੁੰਦੀ ਹੈ ਕਿ ਅਸਾਵੇਂ ਜੰਗ ਲੜ ਰਹੇ ਛੋਟੀ ਧਿਰ ਦੇ ਆਗੂ ਨੂੰ ਜਿੰਦਾ ਗ੍ਰਿਫਤਾਰ ਕੀਤਾ ਜਾਵੇ ਸੋ ਇਹੀ ਤਾਂ ਫੌਜ ਚਾਹੁੰਦੀ ਸੀ ਕਿ ਸੰਤ ਜਨਰੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੇਕਰ ਤੁਸੀਂ ਇਸ ਦੇ ਬਾਰੇ ਇੰਡੀਆ ਟੂਡੇ ਦੇ ਵਿੱਚ ਇੱਕ ਰਿਪੋਰਟ ਆਈ ਸੀਗੀ ਜਿਸ ਲੇਖ ਦਾ ਨਾਮ ਸੀ ਅਨਟੋਲਡ ਸਟੋਰੀ ਬਿਫੋਰ ਆਪਰੇਸ਼ਨ ਬਲੂ ਸਟਾਰ ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਤਕਰੀਬਨ ਮਾਰਚ ਅਪ੍ਰੈਲ 1984 ਦੇ ਵਿੱਚ ਇੰਦਰਾ ਗਾਂਧੀ ਨੇ ਉਸ ਵੇਲੇ 1981 ਤੇ ਜਿਹੜੇ ਰਾ ਦੇ ਚੀਫ ਬਣੇ ਸੀ ਮਿਸਟਰ ਰਮੇਸ਼ਵਰ ਰਾਠਕਾਓ ਉਹਨਾਂ ਦੇ ਨਾਲ ਇੱਕ ਮੀਟਿੰਗ ਵੀ ਕੀਤੀ ਔਰ ਉਸ ਮੀਟਿੰਗ ਦੇ ਵਿੱਚ ਇਹ ਤੈਅ ਹੋਇਆ ਕਿ ਜਿਹੜਾ ਸਪੈਸ਼ਲ ਗਰੁੱਪ ਕਮਾਂਡੋਸ ਦਾ ਤਿਆਰ ਕੀਤਾ ਗਿਆ ਸੀ ਜਿਹੜਾ ਬਾਅਦ ਦੇ ਵਿੱਚ ਬਹੁਤ ਸਮਾਂ ਬਾਅਦ ਪਾ ਕੇ NSG ਨੈਸ਼ਨਲ ਸਕਿਉਰਿਟੀ ਗਾਰਡ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਕਿ ਇਹ ਜਿਹੜਾ ਕਮਾਂਡੋਸ ਦਾ ਸਪੈਸ਼ਲ ਗਰੁੱਪ ਹੈ ਇਹ ਜਿਸ ਨੂੰ ਬਕਾਇਦਾ ਤੌਰ ਤੇ ਕੁਝ ਸਰੋਤਾਂ ਦੇ ਮੁਤਾਬਕ ਜਿਹੜੀ ਦੁਨੀਆ ਦੀ ਇੱਕ ਮਹਾਨ ਖੁਫੀਆ ਏਜੰਸੀ ਮੰਨੀ ਜਾਂਦੀ ਹੈ ਇਜ਼ਰਾਈਲ ਦੀ ਮੋਸਾਦ ਕਿ ਮੋਸਾਦ ਦੇ ਵੱਲੋਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਸੀ ਔਰ ਮਿਸਟਰ ਕਾਓ ਨੇ ਇੰਦਰਾ ਗਾਂਧੀ ਨੂੰ ਕਿਹਾ ਸੀਗਾ ਕਿ ਜੇ ਅਸੀਂ ਰੂਸ ਦੇ ਬਣੇ MI-4 ਹੈਲੀਕਾਪਟਰ ਦੇ ਨਾਲ ਨਾਨਕ ਨਵਾਸ ਜਿੱਥੇ ਸੰਤ ਪਿੰਡਰਾਂ ਵਾਲੇ ਪਹਿਲਾਂ ਆਪਣੇ ਸਾਥੀਆਂ ਸਮੇਤ ਰਹਾਇਸ਼ ਰੱਖ ਰਹੇ ਸਨ ਜੇਕਰ ਉਸ ਜਗ੍ਹਾ ਦੇ ਉੱਪਰ ਜਿਹੜੇ ਕਮਾਂਡੋਜ਼ ਨੇ ਉਹ ਉਤਾਰੇ ਜਾਣ ਤੇ ਪਿੰਡਰਾਂ ਵਾਲਿਆਂ ਨੂੰ ਜਿੰਦਾ ਗ੍ਰਫਤਾਰ ਕਰਕੇ ਕਿਸੇ ਅਣਦੱਸੀ ਜਗ੍ਹਾ ਦੇ ਉੱਪਰ ਲਜਾਇਆ ਜਾ ਸਕੇ ਕੁਝ ਕਾਰਨ ਸੀ ਜਿਨ੍ਹਾਂ ਦੇ ਕਰਕੇ ਇਸ ਸਾਰੇ ਪਲਾਨ ਦੀ ਉੱਪਰ ਸਹਿਮਤੀ ਨਹੀਂ ਹੋ ਸਕਦੀ ਨਹੀਂ ਸਕੀ ਸੀ ਔਰ ਬਕਾਇਦਾ ਤੌਰ ਤੇ ਜੇਕਰ ਤੁਸੀਂ ਇੰਡੀਆ ਟੂਡੇ ਦਾ ਉਹ ਅੰਕ ਪੜ੍ਹੋ ਤਾਂ ਉਹਦੇ ਵਿੱਚ ਇਹ ਵੀ ਜ਼ਿਕਰ ਹੈ ਕਿ ਉੱਤਰ ਪ੍ਰਦੇਸ਼ ਨੇ ਸਰਸਾਵਾ ਦੇ ਵਿੱਚ ਬਕਾਇਦਾ ਗੁਰਨਾਨਕ ਨਿਵਾਸ ਦਾ ਇੱਕ ਮਾਡਲ ਬਣਾ ਕੇ ਇਸ ਗੱਲ ਦੀ ਪੂਰੀ ਤਰ੍ਹਾਂ ਦੇ ਨਾਲ ਟ੍ਰੇਨਿੰਗ ਕੀਤੀ ਗਈ ਸੋ ਸਰਕਾਰ ਤਾਂ ਚਾਹੁੰਦੀ ਸੀ ਕਿ ਸੰਤ ਪਿੰਡਰਾਂ ਵਾਲਿਆਂ ਨੂੰ ਜਿੰਦਾ ਗ੍ਰਫਤਾਰ ਕੀਤਾ ਜਾਵੇ ਦੂਸਰੀ ਗੱਲ ਜੇਕਰ ਤੁਸੀਂ ਆਪਰੇਸ਼ਨ ਬਲੂ ਸਟਾਰ ਦੀ ਵੀ ਅਸੀਂ ਗੱਲ ਕਰਦੇ ਹਾਂ ਤਾਂ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਵੀ ਬਾਰ ਬਾਰ ਜਿਹੜੇ ਅਕਾਲ ਤਖਸਾਲ ਵੱਲ ਸੀਐਸ ਗੈਸ ਕਨਸਟਰ ਜਿਹੜੇ ਨੇ ਉਹ ੁੱਟੇ ਜਾਂਦੇ ਨੇ ਜਾਂ ਕਹਿ ਸਕਦੇ ਹੋ ਕਿ ਬਾਰ ਬਾਰ ਜਿਹੜੇ ਫੌਜੀਆ ਦੇ ਹਮਲਿਆਂ ਦਾ ਜ਼ਿਕਰ ਆਉਂਦਾ ਕਿ ਕਿਸ ਤਰ੍ਹਾਂ ਦੇ ਨਾਲ ਫੌਜ ਅਕਾਲ ਤਖਸਾਲ ਵੱਲ ਵਧਣ ਦਾ ਕੋਸ਼ਿਸ਼ ਕਰਦੀ ਹੈ ਵੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜਾ ਬਲੂ ਸਟਾਰ ਆਪਰੇਸ਼ਨ ਜਿਹੜਾ ਸਰਕਾਰ ਦੇ ਵੱਲੋਂ ਦਿੱਤਾ ਨਾਂ ਹੈ ਉਹਦੇ ਵੀ ਅਗੋਂ ਤਿੰਨ ਪੜਾਅ ਸੀ ਵੋਡਰੋਜ਼ ਮੈਟਰਲ ਐਂਡ ਸ਼ਾਪ ਪਰ ਇਹ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਸਭ ਤੋਂ ਵੱਡੀ ਅਹਿਮ ਇਹ ਗੱਲ ਹੈ ਕਿ ਜਦੋਂ ਅਕਾਦ ਤੱਕ ਸਾਫ ਦੀ ਮੋਰਚਾ ਬੰਦੀ ਦੀ ਗੱਲ ਆਪਣੀ ਕਿਤਾਬ ਦੇ ਵਿੱਚ ਕੁਲਦੀਪ ਬਰਾੜ ਲਿਖਦਾ ਤੇ ਉਸ ਨੂੰ ਵਾਈਟਲ ਗਰਾਉਂਡ ਦਾ ਨਾਂ ਦਿੰਦਾ ਤੇ ਇਹ ਵੀ ਇੱਕ ਗੱਲ ਬੜੀ ਅਹਿਮ ਹੈ ਕਿ ਬੇਸ਼ੱਕ ਟੈਂਕਾਂ ਦੇ ਉੱਪਰੋਂ ਵਰਸਾਏ ਗਏ ਸਕੁਐਸ਼ ਹੈੱਡ ਸ਼ੈੱਲ ਦੇ ਨਾਲ ਅਕਾਲ ਤਖਤ ਸਾਹਿਬ ਦੀ ਪੂਰੀ ਇਮਾਰਤ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਪਰੰਤੂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆਪਣੇ ਸਾਥੀਆਂ ਸਮੇਤ ਬਾਹਰ ਆ ਕੇ ਜੂਸਦੇ ਹੋਏ ਸ਼ਹਾਦਤ ਦਾ ਪ੍ਰਾਪਤ ਕਰ ਗਏ ਪਰ ਜਿੰਨਾ ਚਿਰ ਤੱਕ ਅਕਾਲ ਤਖਤ ਸਾਹਿਬ ਦੇ ਅੰਦਰ ਸਿੰਘ ਮੈਦਾਨੇ ਜੰਗ 'ਚ ਕਹਿ ਸਕਦੇ ਹੋ ਕਿ ਜੂਝਣ ਦੀ ਸਮਰੱਥਾ ਰੱਖਦੇ ਰਹੇ ਉਨਾ ਚਿਰ ਤੱਕ ਕੋਈ ਵੀ ਫੌਜ ਦੀ ਪੈਰਾ ਕਮਾਂਡੋਸ ਦੀ ਜਾਂ ਕੋਈ ਹੋਰ ਵੀ ਟੁਕੜੀ ਜਿਹੜੀ ਹੈ ਉਹ ਅੰਦਰ ਅਕਾਲ ਤੱਕ ਸਭ ਦੇ ਦਾਖਲ ਨਹੀਂ ਹੋ ਸਕੀ ਜੇਕਰ ਤੁਸੀਂ ਕਿਤੇ ਕੁਲਦੀਪ ਰਾੜ ਦੀ ਕਿਤਾਬ ਆਪਰੇਸ਼ਨ ਬਲੂ ਸਟਾਰ ਏ ਟ੍ਰੂ ਸਟੋਰੀ ਪੜਨ ਦਾ ਮੌਕਾ ਮਿਲੇ ਤੇ ਉਹਦੇ ਚ ਕੀਂਦਾ ਹੈ ਕਿ ਸਭ ਤੋਂ ਵੱਡੀ ਅਹਿਮ ਗੱਲ ਹੀ ਇਹ ਸੀ ਕਿ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਅਕਾਲ ਤੱਕ ਸਭ ਤੋਂ ਗੋਲੀਆਂ ਦਾ ਜ਼ੋਰਦਾਰ ਮੀਂਹ ਵਰਾਇਆ ਜਾ ਰਿਹਾ ਹੈ ਕਿਸੇ ਤਰ੍ਹਾਂ ਉਹਨੂੰ ਜਿਹੜਾ ਉਹ ਸ਼ਾਂਤ ਕਰਵਾਇਆ ਜਾ ਸਕੇ ਕਿਉਂਕਿ ਟੈਂਕਾਂ ਦੀ ਆੜ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਪੈਡਲ ਬਟਾਲੀਅਨਸ ਨੇ ਉਹਨਾਂ ਦਾ ਅੰਦਰ ਜਾਣਾ ਬਹੁਤ ਔਖਾ ਸੀ ਕਿਉਂਕਿ ਅਕਾਲ ਤਖਤ ਸਾਬ ਦੇ ਅੰਦਰ ਦੀ ਜਿਹੜੀ ਮੋਰਚਾ ਬੰਦੀ ਸੀ ਉਹਦੇ ਵਿੱਚੋਂ ਜਿਹੜੀਆਂ ਮਸ਼ੀਨ ਗਨਾਂ ਦੀਆਂ ਗੋਲੀਆਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਚੁੱਪ ਕਰਾਉਣਾ ਜਾਂ ਸ਼ਾਂਤ ਕਰਾਉਣਾ ਬਹੁਤ ਜ਼ਰੂਰੀ ਸੀ ਕਹਿੰਦਾ ਕਿ ਉੱਤਰੀ ਬਾਹੀ ਤੋਂ ਇੱਕ ਦੂਜੇ ਸਹਾਇਕ ਹਥਿਆਰਾਂ ਦੀ ਗੋਲਾਬਾਰੀ ਦੀ ਮਾਰ ਰੇਟ ਸਨ ਇੰਦਾ ਏ ਕੰਪਨੀ ਦਾ ਕਮਾਂਡਰ ਮੇਜਰ ਬੀ ਕੇ ਮਿਸ਼ਰਾ ਆਪਣੇ ਕੁਝ ਜਵਾਨਾਂ ਨਾਲ ਅਕਾਲ ਤੱਕ ਸਾਬ ਤੱਕ ਪਹੁੰਚ ਗਿਆ ਪਰ ਜਿਉਂ ਹੀ ਉਹ ਇਮਾਰਤ ਦੇ ਅੰਦਰ ਜਾਂਦੀਆਂ ਪੌੜੀਆਂ ਚੜਨ ਲੱਗਾ ਅੰਦਰੋਂ ਮਸ਼ੀਨ ਗਨ ਦੀਆਂ ਗੋਲੀਆਂ ਦੀ ਬਾੜ ਨਾਲ ਉਹ ਸਾਰੇ ਹੀ ਪੌੜੀਆਂ ਵਿੱਚ ਹੀ ਢਹਿ ਢੇਰੀ ਹੋ ਗਏ ਔਰ ਉਹ ਆਪਣੀ ਕਿਤਾਬ ਦੇ ਵਿੱਚ ਫਿਰ ਅੱਗੇ ਜਾ ਕੇ ਇਸ ਨੂੰ ਸਵਰਗੀ ਮੇਜਰ ਬੀਕੇ ਮਿਸ਼ਰਾ ਲਿਖਦਾ ਸੋ ਇਸ ਦਾ ਮਤਲਬ ਕਿ ਕੋਸ਼ਿਸ਼ ਤਾਂ ਉਸ ਵੇਲੇ ਵੀ ਕੀਤੀ ਗਈ ਕਿ ਕਿਸੇ ਤਰ੍ਹਾਂ ਦੇ ਨਾਲ ਕਮਾਂਡੋਸ ਜਾਂ ਪੈਰਾ ਕਮਾਂਡੋਸ ਦੀ ਜਿਹੜੀ ਟੋਲੀ ਹੈ ਉਹ ਅਕਾਲ ਤਖਸਾਲ ਦੇ ਅੰਦਰ ਦਾਖਲ ਹੋ ਸਕੇ ਤਾਂ ਜੋ ਅੰਦਰ ਜਿਹੜੇ ਸੀਐਸ ਗੈਸ ਕਨਸਟਰ ਨੇ ਜਿਹੜੀ ਉਸ ਵੇਲੇ ਦੀ ਘਾਤ ਤੱਕ ਜ਼ਹਿਰੀਲੀ ਗੈਸ ਸੀ ਉਹਦੇ ਜਿਹੜੇ ਬੰਬ ਅੰਦਰ ਸੁੱਟ ਕੇ ਤੇ ਜਿਹੜੇ ਅੰਦਰ ਜੂਝ ਰਹੇ ਸਿੰਘ ਨੇ ਉਹਨਾਂ ਨੂੰ ਬੇਹੋਸ਼ ਕਰਕੇ ਜਿਹੜਾ ਉਹ ਗ੍ਰਿਫਤਾਰ ਕੀਤਾ ਜਾ ਸਕੇ ਸੋ ਇਹ ਤਾਂ ਪਤਾ ਹੀ ਸੀ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਜਿੰਨੇ ਵੱਡੇ ਰੂਪ ਦੇ ਵਿੱਚ ਟੈਂਕਾਂ ਦੇ ਰਾਹੀਂ ਗੋਲਾਬਾਰੀ ਕੀਤੀ ਜਾ ਰਹੀ ਹੈ ਕੁਦਰਤਨ ਸਿੰਘਾਂ ਨੇ ਤਾਂ ਸ਼ਹਾਦਤ ਪ੍ਰਾਪਤ ਕਰਨੀ ਹੀ ਸੀ ਪਰ ਫੌਜ ਦੀ ਅੰਤ ਤੱਕ ਇਹ ਕੋਸ਼ਿਸ਼ ਜ਼ਰੂਰ ਰਹੀ ਹੋਵੇਗੀ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਾਂ ਭਾਈ ਅਮਰੀਕ ਸਿੰਘ ਜਾਂ ਜਨਰਲ ਸ਼ਬੀਕ ਸਿੰਘ ਨੂੰ ਜਿਉਂ ਨਿਆ ਗ੍ਰਫਤਾਰ ਕੀਤਾ ਜਾਵੇ ਤਾਂ ਸਹੀ ਅਰਥਾਂ ਦੇ ਵਿੱਚ ਇਹ ਉਹਨਾਂ ਦੀ ਜਿੱਤ ਹੋਣੀ ਸੀ ਇਹ ਜਿਹੜੇ ਸ਼ਹੀਦ ਹੋਏ ਨੇ ਸ਼ਹਾਦਤਾਂ ਦੇ ਕਰਕੇ ਇਹ ਸਾਡੀ ਜਿੱਤ ਹੈ ਪਰ ਜੇਕਰ ਸਰਕਾਰ ਕਿਸੇ ਇੱਕ ਨੂੰ ਵੀ ਜਿਉਂਦਿਆਂ ਗ੍ਰਫਤਾਰ ਕਰ ਲੈਂਦੀ ਤਾਂ ਫਿਰ ਕਹਿ ਸਕਦੇ ਹਾਂ ਕਿ ਉਹਨਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਉਹ ਆਪਣੇ ਆਪ ਦੇ ਵਿੱਚ ਜੇਤੂ ਅੰਦਾਜ਼ ਦੇ ਵਿੱਚ ਜ਼ਰੂਰ ਪੇਸ਼ ਕਰਦੇ ਫਿਰ ਅਗਲੀ ਗੱਲ ਉਹ ਫਿਰ ਕਲਦੀਪ ਬਰਾੜ ਕਹਿੰਦਾ ਕਿ ਇਸ ਗੱਲ ਦਾ ਦੁਹਰਾ ਬਾਰ-ਬਾਰ ਕੀਤਾ ਗਿਆ ਕਿ ਕਿਸੇ ਤਰ੍ਹਾਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਅੰਦਰ ਜਾ ਸਕੇ ਤੇ ਸਾਡ ਨੂੰ ਇੱਕ ਪੈਰ ਰੱਖਣ ਦੀ ਜਗ੍ਹਾ ਵੀ ਅਕਾਲ ਤਖਤ ਸਾਹਿਬ ਦੇ ਅੰਦਰ ਬਣ ਜਾਵੇ ਇਹ ਕਹਿੰਦਾ ਹੈ ਕਿ ਸਵੇਰੇ 6:20 ਮਿੰਟ ਦੇ ਉੱਪਰ ਜਦੋਂ ਜਿਹੜੀ ਕਮਾਉ ਰੈਜiment ਦੇ ਹਮਲੇ ਪਛਾੜ ਦਿੱਤੇ ਗਏ ਤੇ ਉਹ ਆਪਣੇ ਆਪ ਨੂੰ ਦੁਬਾਰਾ ਰੀਜੁਨਾਈਟ ਕਰਨ ਦੀ ਪੁਨਰਗਠਨ ਕਰਨ ਦੀ ਕਾਰਵਾਈ ਦੇ ਵਿੱਚ ਵਿੱਜੇ ਰੁੱਝੇ ਹੋਏ ਸੀ ਤਾਂ ਉਸ ਵੇਲੇ 26 ਮਦਰਾਸ ਦੀਆਂ ਬਾਕੀ ਦੋ ਕੰਪਨੀਆਂ ਪਿੱਛੇ ਰਹਿਣ ਦਿੱਤੀਆਂ ਗਈਆਂ ਤਾਂ ਜੋ ਉਹ ਪ੍ਰਕਰਮਾਂ ਦੀ ਦੱਖਣੀ ਬਾਹੀ ਦੀ ਇਮਾਰਤ ਵਿੱਚ ਆਪਣੇ ਟਿਕਾਣੇ ਉੱਤੇ ਆਪਣੀ ਪੋਜੀਸ਼ਨ ਮਜ਼ਬੂਤ ਕਰਨ ਤੇ ਇਸ ਤੋਂ ਬਾਅਦ ਕਹਿੰਦਾ ਕਿ ਸਭ ਤੋਂ ਵੱਡੀ ਗੱਲ ਇਹਦਾ ਮੁੱਦਲੀ ਕਮਾਂਡੋ ਪ੍ਰਕਾਰ ਦੀ ਕਾਰਵਾਈ ਹੀ ਇੱਕ ਇੱਕੋ ਬਦਲ ਪ੍ਰਤੀਤ ਹੁੰਦਾ ਸੀ ਜਿਸ ਦਾ ਇੱਕੋ ਹੀ ਨਿਸ਼ਾਨਾ ਸੀ ਮਸ਼ੀਨ ਗੰਨਾਂ ਨੂੰ ਚੁੱਪ ਕਰਾਉਣਾ ਜਿਹੜੀਆਂ ਅਕਾਲ ਤਖ਼ਤ ਸਾਹਿਬ ਦੇ ਅੰਦਰ ਪੌੜਾ ਬਣਾਉਣ ਲਈ ਸਾਡੇ ਰਾਹ ਦੀਆਂ ਰੁਕਾਵਟਾਂ ਸਨ ਸੋ ਇਹਦਾ ਮਤਲਬ ਜਦੋਂ ਬਾਰ ਬਾਰ ਕਹਿ ਰਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਪ੍ਰਵੇਸ਼ ਦੁਆਰ ਦੀਆਂ ਮਸ਼ੀਨ ਗੰਨਾਂ ਅੰਦਰ ਵੜਨ ਦੇ ਵਾਸਤੇ ਸਾਡੇ ਲਈ ਰੁਕਾਵਟ ਸਨ ਤਾਂ ਇਹਦਾ ਮਤਲਬ ਹੈ ਕਿ ਅੰਤ ਤੱਕ ਕੋਸ਼ਿਸ਼ ਤਾਂ ਇਹੀ ਕੀਤੀ ਗਈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਅੰਦਰ ਜਿਹੜਾ ਇਹ ਦਾਖਲ ਹੋਇਆ ਜਾ ਸਕੇ ਹਾਲਾਂਕਿ ਜੇਕਰ ਤੁਸੀਂ ਸਾਰੇ ਰੂਸ ਦੇ ਜੰਗੀ ਮਾਡਲ ਨੂੰ ਵੇਖੋ ਜਿਸ ਤਰ੍ਹਾਂ ਦਾ ਇੰਡੀਆ ਟੂਡੇ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਤਾਂ ਉਹਨਾਂ ਨੇ ਜਿਹੜਾ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀਆਂ ਖੁਫੀਆ ਏਜੰਸੀਆਂ ਨੇ ਜਿਹੜਾ ਭਾਰਤੀ ਸਰਕਾਰ ਨੂੰ ਜਿਹੜੀ ਸਲਾਹ ਦਿੱਤੀ ਉਹ ਹੀ ਸੀ ਕਿ ਜਿਹੜੀ ਇਮਾਰਤ ਹੈ ਉਹਦੇ ਵਿੱਚ ਹੱਥ ਤੋਂ ਹੱਥ ਲੜਾਈ ਦੇ ਨਾਲੋਂ ਨੇੜੇ ਜਾਣ ਦੇ ਨਾਲੋਂ ਦੂਰ ਉਤਪਾਹ ਕਰ ਦਿੱਤਾ ਜਾਵੇ ਪਰ ਇਹਦੇ ਵਿੱਚ ਅੰਤ ਤੱਕ ਕੋਸ਼ਿਸ਼ ਜਾਰੀ ਰਹੀ ਹੈ ਕਿ ਅਕਾਲ ਤਖਤ ਸਾਹਿਬ ਦੇ ਅੰਦਰ ਜਾਇਆ ਜਾ ਸਕੇ ਫਿਰ ਉਹ ਕਹਿੰਦਾ ਕਿ ਖਾਸ ਕਰਕੇ ਉਹ ਮੂਰਤੇ ਜਿਹੜੇ ਪੌੜੀਆਂ ਨੂੰ ਅਤੇ ਪਹਿਲੀ ਮੰਜ਼ਲ ਦੇ ਦਰਵਾਜ਼ੇ ਨੂੰ ਓਟ ਦੇ ਰਹੇ ਸਨ ਉਹੀ ਸਾਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾ ਰਹੇ ਸਨ ਇੱਕ ਅਫਸਰ ਲੈਫਟੀਨੈਂਟ ਜੋਤੀ ਕੁਮਾਰ ਡਾਂਗ ਦੀ ਅਗਵਾਈ ਹੇਠ 26 ਮਦਰਾਸ ਦੇ ਇੱਕ ਜੂਨੀਅਰ ਕਮਿਸ਼ਨਡ ਅਫਸਰ ਤੇ ਅੱਠ ਦੂਜੇ ਰੈਂਕਾਂ ਦੇ ਜਵਾਨਾਂ ਦੀ ਇੱਕ ਰਜਾਕਾਰ ਟੋਲੀ ਨੇ ਇਹ અત્યੰਤ ਜੋਖਮ ਜੋਖਮ ਕਾਰਜ ਆਪਣੇ ਝੰਮੇ ਲਿਆ। ਉਸ ਤੋਂ ਬਾਅਦ ਉਹਨਾਂ ਨੇ ਦੋ ਟੋਲੀਆਂ ਬਣਾਈਆਂ। ਪਹਿਲੀ ਟੋਲੀ ਦੇ ਵਿੱਚ ਸੂਬੇਦਾਰ ਕੇਪੀ ਰਮਨ ਰਵੀ ਪਾਇਨਰ ਸੈਕਸ਼ਨ ਦਾ ਦੋ ਹੋਰ ਰੈਂਕ ਦੇ ਜਿਹੜੇ ਆਫੀਸਰ ਇਹ ਤੋਂ ਇਲਾਵਾ ਦੋ ਰਾਈਫਰਮੈਨ ਜਿਨ੍ਹਾਂ ਦਾ ਕੰਮ ਸੀ ਕਿ ਵਸਪੋਟਿਕ ਪੋਲ 400 ਟਕੀ ਉਸ ਬੰਕਰ ਨੂੰ ਤਬਾਹ ਕਰਨਾ ਜਿਸ ਬੰਕਰ ਦੇ ਵਿੱਚੋਂ ਜਿਹੜੀ ਉਹ ਫਾਇਰਿੰਗ ਆ ਰਹੀ ਸੀ ਭਾਵ ਕਿ ਜਿੱਥੇ ਸਿੰਘਾਂ ਨੇ ਅਕਾਲ ਤਖਸਾਲ ਦੀ ਇਮਾਰਤ ਦੇ ਵਿੱਚ ਅੰਦਰ ਜਾਣ ਤੋਂ ਰੋਕਣ ਦੇ ਵਾਸਤੇ ਜਿਹੜਾ ਮੋਰਚਾ ਉਹ ਬਣਾਇਆ ਗਿਆ ਸੀ ਤੇ ਦੂਸਰੀ ਟੋਲੀ ਸੀ ਉਹਦੇ ਵਿੱਚ ਇੱਕ ਨਾਨ ਕਮਿਸ਼ਨਡ ਆਫੀਸਰ ਤੇ ਤਿੰਨ ਰਾਈਫਲਮੈਨ ਨੇ ਉਸੇ ਵੇਲੇ ਮੰਜ਼ਲ ਉੱਤੇ ਟੁੱਟ ਕੇ ਪੈਣਾ ਸੀ ਤੇ ਗ੍ਰਨੇਡਾ ਅਤੇ ਕਾਰਬਾਈਨਾਂ ਦੀ ਮਦਦ ਨਾਲ ਉੱਪਰ ਜਾਂਦੀਆਂ ਪੌੜੀਆਂ ਨੂੰ ਊਟ ਦੇਣ ਲਈ ਜਿਹੜੀ ਬੀੜੀ ਮਸ਼ੀਨ ਗੰਨ ਹੈ ਉਹਨੂੰ ਚੁੱਪ ਕਰਾਉਣਾ ਸੀ ਸੋ ਇਸ ਦਾ ਮਤਲਬ ਕਿ ਸਭ ਤੋਂ ਵੱਧ ਉਹ ਕਹਿੰਦਾ ਕਿ ਇੱਕ ਕਮਾਂਡੋਆਂ ਵਰਗਾ ਬੜਾ ਹੀ ਇਹ ਕਹਿ ਸਕਦੇ ਹੋ ਕਿ ਜੋਖਮ ਭਰਿਆ ਐਕਸ਼ਨ ਸੀ ਕਿ ਕਿਸੇ ਤਰ੍ਹਾਂ ਦੇ ਨਾਲ ਵੀ ਅਕਾਲ ਤਖਸਾਬ ਦੇ ਅੰਦਰ ਵੜਨ ਦੇ ਵਿੱਚ ਜਿਹੜੀ ਰੁਕਾਵਟ ਹੈ ਜਿਹੜੀਆਂ ਮਸ਼ੀਨ ਗੰਨਾਂ ਨੇ ਉਹਨਾਂ ਮੋਰਚਿਆਂ ਨੂੰ ਖਤਮ ਕੀਤਾ ਜਾਵੇ ਤੇ ਅਕਾਲ ਤਖਸਾਬ ਦੇ ਅੰਦਰ ਜਾਇਆ ਜਾ ਸਕੇ ਉਹ ਫਿਰ ਕਹਿੰਦਾ ਜਿਵੇਂ ਹੀ ਇਹ ਦੋਵੇਂ ਟੋਲੀਆਂ ਅੱਗੇ ਵਧੀਆਂ ਬਟਾਲੀਆ ਨੇ ਆਪਣਾ ਮਜਬੂਰ ਮਜਬੂਤ ਆਧਾਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਪਰ ਚੰਗੀ ਤਰ੍ਹਾਂ ਜਿਹੜੇ ਮੋਰਚਾ ਬੰਦ ਜਿਹੜੇ ਮਸ਼ੀਨ ਗਨਾਂ ਦੇ ਟਿਕਾਣੇ ਸੀ ਉਹਨਾਂ ਦੇ ਵਿੱਚੋਂ ਗੋਲੀਆਂ ਦਾ ਜਿਹੜਾ ਉਹ ਛਖੜ ਝੁੱਲ ਪਿਆ ਤੇ ਕਹਿੰਦਾ ਕਿ ਉਹਨਾਂ ਦੇ ਉੱਪਰ ਮਸ਼ੀਨ ਗਨਾਂ ਦੀਆਂ ਗੋਲੀਆਂ ਐਸੀਆਂ ਵਰੀਆਂ ਕਿ ਉਹ ਸਾਰੇ ਦੇ ਸਾਰੇ ਤੁਰੰਤ ਹੀ ਸਖਤ ਜ਼ਖਮੀ ਹੋ ਗਏ ਦਸਾਂ ਵਿੱਚੋਂ ਸਿਰਫ ਤਿੰਨ ਹੀ ਆਪਣੇ ਆਪ ਨੂੰ ਬਾਹਰ ਕੱਢ ਸਕੇ ਤੇ ਉਹ ਵੀ ਗੰਭੀਰ ਤੌਰ ਤੇ ਜ਼ਖਮੀ ਹਾਲਤ ਦੇ ਵਿੱਚ ਅੱਗੇ ਫਿਰ ਜਾ ਕੇ ਕਹਿੰਦਾ ਕਿ ਕਹਿੰਦਾ ਕਿ ਸੂਬੇਦਾਰ ਰਵੀ ਦੀ লাশ ਉਸ ਸਮੇਂ ਸ਼ਾਮ 6:30 ਵਜੇ ਅਕਾਲ ਤਖਤ ਸਾਹਿਬ ਤੋਂ ਜਦੋਂ ਮਿਲੀ ਤਾਂ ਪੰਜ ਲਾਸ਼ਾਂ ਪੌੜੀਆਂ ਦੀ ਪਹਿਲੀ ਮੰਜ਼ਲ ਦੇ ਮਲਬੇ ਦੇ ਵਿੱਚੋਂ 7 ਜੂਨ ਨੂੰ ਮਿਲੀਆਂ ਤੇ ਕਹਿੰਦਾ ਖਾੜਕੂਆਂ ਨੇ ਬਰੂਦੀ ਲੜੀਆਂ ਸੂਬੇਦਾਰ ਰਵੀ ਦੇ ਦੁਆਲੇ ਬੰਨੀਆਂ ਤੇ ਫਿਰ ਉਸ ਨੂੰ ਉਡਾ ਦਿੱਤਾ ਤੇ ਕੁੱਲ ਮਿਲਾ ਕੇ 26 ਮਦਰਾਸ ਦੇ ਇੱਕ ਅਫਸਰ ਸਮੇਤ 14 ਜਵਾਨ ਅੰਦਰ ਮਾਰੇ ਗਏ ਅੰਦਰ ਜਾਣ ਦੀ ਕੋਸ਼ਿਸ਼ ਦੇ ਵਿੱਚ ਇਹ ਅੰਦਰ ਜਾਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਸੀ ਜਦੋਂ ਕਿ ਪਤਾ ਸੀ ਕਿ ਸਕੁਐਸ਼ ਐਡ ਸ਼ੈਲ ਦੇ ਨਾਲ ਅਕਾਲ ਤਖਤ ਸਾਹਿਬ ਦੀ ਜਿਹੜੀ ਇਮਾਰਤ ਹੈ ਉਹ ਤਬਾਹ ਕਰ ਦਿੱਤੀ ਜਾਵੇਗੀ ਪਵਿੱਤਰ ਸਥਾਨ ਨੂੰ ਢਾਹ ਦਿੱਤਾ ਜਾਵੇਗਾ ਜਿਹੜੇ ਅੰਦਰ ਜੂਜ ਰਹੇ ਨੇ ਥੋੜ੍ਹਾ ਸਮਾਂ ਹੋਰ ਚਿਰ ਵੱਧ ਵੀ ਕਹਿ ਸਕਦੇ ਹੋ ਕਿ ਜੂਜ ਕੇ ਸ਼ਹਾਦਤ ਪ੍ਰਾਪਤ ਕਰ ਜਾ ਸਕਣਗੇ ਪਰ ਵੱਧ ਤੋਂ ਵੱਧ ਵੱਡੀ ਤਾਕਤ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸਾਵੇਂ ਜੰਗ ਦੇ ਵਿੱਚ ਛੋਟੀ ਜਿਹੜੀ ਧੇਰਿਆ ਉਹਨੂੰ ਕਿਤੇ ਨਾ ਕਿਤੇ ਉਹਦੀ ਕੌਮियत ਦੇ ਸਾਹਮਣੇ ਸ਼ਰਮਸਾਰ ਕੀਤਾ ਜਾਵੇ ਸੋ ਇਸ ਕਰਕੇ ਇਹ ਗੱਲ ਬਿਲਕੁਲ ਸਹੀ ਨਹੀਂ ਲੱਗਦੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਿਉਂਦੇ ਨੂੰ ਗ੍ਰਫਤਾਰ ਕਰ ਲਿਆ ਹੋਵੇ ਤੇ ਉਹਦੇ ਤੋਂ ਬਾਅਦ ਉਹਨਾਂ ਨੂੰ ਬੰਨ੍ਹ ਕੇ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਹੋਣ ਪੋਸਟਮਾਰਟਮ ਦੀ ਰਿਪੋਰਟ ਦੇ ਮੁਤਾਬਕ ਫੌਜੀ ਅਫਸਰਾਂ ਦੇ ਮੁਤਾਬਕ ਤੇ 1984 ਦੇ ਪ੍ਰਤੱਖ ਦਰਸ਼ੀ ਗਵਾਹਾਂ ਦੇ ਮੁਤਾਬਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਪੂਰੀ ਤਰ੍ਹਾਂ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਫੌਜ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕੀਤੀ ਸੋ ਅੱਜ ਕੋਸ਼ਿਸ਼ ਕਰਦੇ ਹਾਂ ਕਿ ਇਸ ਲੜੀ ਨੂੰ ਸਮਾਪਤ ਕੀਤਾ ਜਾਵੇ ਪਰ ਇਸ ਲੜੀ ਨਾਲ ਸੰਬੰਧਿਤ ਅਜੇ ਬਹੁਤ ਸਾਰੇ ਸਵਾਲ ਜਿਹੜੇ ਨੇ ਪਾਠਕਾਂ ਦੇ ਸਰੋਤਿਆਂ ਦੇ ਜਾਂ ਉਹਨਾਂ ਦੇ ਮਨਾਂ ਦੇ ਵਿੱਚ ਨੇ ਜਿਨ੍ਹਾਂ ਦੇ ਚੋਂ ਇੱਕ ਅਹਿਮ ਸਵਾਲ ਹੈ ਕਿ 1984 ਨਾਲ ਸੰਬੰਧਿਤ ਕਲਦੀਪ ਬਰਾੜ ਦੀ ਅਸਲੀ ਕਿਤਾਬ ਕਿਹੜੀ ਹੈ ਸੋ ਕੋਸ਼ਿਸ਼ ਕਰਾਂਗੇ ਕਿ ਉਸ ਕਿਤਾਬ ਦਾ ਕੱਲ ਸਾਰਾ ਅਸੀਂ ਤੁਹਾਡੇ ਦੇ ਨਾਲ ਅੱਖਰ ਤੋਂ ਅੱਖਰ ਲਾਈਨ ਤੋਂ ਲਾਈਨ ਆਰਟੀਕਲ ਤੋਂ ਆਰਟੀਕਲ ਕਿੱਥੇ ਕਿਹੜੀਆਂ ਗਲਤੀਆਂ ਨੇ ਉਹਨਾਂ ਦੀ ਸਾਂਝ ਜਰੂਰ ਪਾਈ ਜਾਵੇ ਸੋ ਅੱਜ ਤੱਕ ਇੰਨੀਆਂ ਇੱਕ ਬੇਨਤੀਆਂ ਪ੍ਰਵਾਨ ਫਤੇ ਦੀ ਸਾਂਝ ਪਿਆਰ ਸਹਿਤ ਆਕਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ